ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜਾ ਮਨੁੱਖ ਦਾ ਸਰੀਰ ਆ ਇਹ ਪਰਮੇਸ਼ਵਰ ਦੇ ਆਤਮਾ ਦਾ ਘਰ ਆ ਇਹ ਅਸਲੀ ਮੰਦਰ ਆ ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਵਸਦਾ ਆ ਅਸਲੀ ਮੰਦਰ ਅਸੀਂ ਆ ਸਾਡੀ ਜਿਹੜੀ ਬਾਡੀ ਆ ਇਹ ਲਿਵਿੰਗ ਟੈਂਪਲ ਆਫ ਹੋਲੀ ਸਪਿਰਿਟ ਆ ਪਰਮੇਸ਼ਵਰ ਦੇ ਆਤਮਾ ਦੇ ਰਹਿਣ ਦਾ ਜਿੰਦਾ ਘਰ ਹੈ ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦਾ ਆਤਮਾ ਇਸ ਮੰਦਰ ਦੇ ਵਿੱਚ ਆਏ ਹੁਣ ਇਹ ਜਿਸਮ ਜਿਸਮ ਨਾ ਰਹਿ ਜਾਏ ਪਰ ਇਹ ਜਿਸਮ ਮੰਦਰ ਹੋ ਜਾਏ ਤੇ ਮੰਦਰ ਕਿੰਨਾ ਪਵਿੱਤਰ ਸਥਾਨ ਹੁੰਦਾ ਹੈ ਇਹ ਮੰਦਰ ਹੈ ਨਾ ਜਿੱਥੇ ਆਪਾਂ ਬੈਠੇ ਆ ਮੰਦਰ ਕਿੰਨੂੰ ਕਿਹਾ ਜਾਂਦਾ ਜਿੱਥੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਫੀਲ ਹੋਏ ਤਾਂ ਅਸੀਂ ਇਸ ਟੈਂਪਲ ਦੇ ਵਿੱਚ ਆ ਇਸ ਚਰਚ ਦੇ ਵਿੱਚ ਆ ਇਸ ਹੈਕਲ ਦੇ ਵਿੱਚ ਆ ਤਾਂ ਇੱਥੇ ਅਸੀਂ ਪਵਿੱਤਰਤਾ ਹੀ ਫੀਲ ਕਰਦੇ ਆ ਮਨੁੱਖ ਇੱਟਾਂ ਦੇ ਬਣਾਏ ਸਥਾਨ ਨੂੰ ਮੰਦਿਰ ਬਣਾਉਂਦਾ ਔਰ ਫਿਰ ਉਹਦੀ ਝਾੜੂ ਪੂੰਝ ਕਰਦਾ ਆ ਉਹਦੀ ਸਫਾਈ ਰੱਖਦਾ ਆ ਉਹਨੂੰ ਧੋਂਦਾ ਆ ਉਹਨੂੰ ਸਵਾੜਦਾ ਆ ਆਪੇ ਉਹਨੂੰ ਸਫਾਈ ਕਰਦਾ ਫਿਰ ਆਪੇ ਹੀ ਉੱਥੇ ਚੌਂਕੜਾ ਮਾਰ ਕੇ ਬੈਠਦਾ ਆ ਪਰ ਜਿੱਥੇ ਪਰਮੇਸ਼ਵਰ ਦੇ ਆਤਮਾ ਨੇ ਬਿਰਾਜਮਾਨ ਹੋਣਾ ਆ ਉਹਦੀ ਝਾੜਕੂਝ ਨਹੀਂ ਕਰਦਾ ਜਿੱਥੇ ਪਰਮੇਸ਼ਵਰ ਦੇ ਆਤਮਾ ਨੇ ਰਹਿ ਕੇ ਕੰਮ ਕਰਨਾ ਹੈ ਜਿੱਥੇ ਬੈਠ ਕੇ ਉਹਨੇ ਤੁਹਾਡੀਆਂ ਸਮੱਸਿਆਵਾਂ ਨੂੰ ਹੁਕਮ ਦੇਣਾ ਕਿ ਨਿਕਲ ਜਾਓ ਜਿੱਥੇ ਬੈਠ ਕੇ ਉਹਨੇ ਤੁਹਾਡੀਆਂ ਬਰਕਤਾਂ ਨੂੰ ਸੱਦਾ ਦੇਣਾ ਕਿ ਆਜੋ ਉਸ ਜਗ੍ਹਾ ਦੀ ਸਿਫਾਇਸ ਜਿਹੜੀ ਸਫਾਈ ਨਾ ਉਹ ਇਨਸਾਨ ਨਹੀਂ ਕਰਦਾ ਪਰ ਵਚਨ ਕਹਿੰਦਾ ਮੁੜੋ ਕਹਿੰਦਾ ਪਵਿੱਤਰ ਪੁਰਖ ਪ੍ਰਭੂ ਯਹਵਾ ਇਜ਼ਰਾਈਲ ਦਾ ਪਵਿੱਤਰ ਪੁਰਖ ਐਂ ਆਖਦਾ ਮੋੜ ਔਨ ਮੋੜਨ ਵਾਸਤੇ ਕਹਿੰਦਾ ਆ ਬੁਰੀਆਂ ਰਾਹਾਂ ਤੋਂ ਮੋੜਨ ਵਾਸਤੇ ਇਸ ਲਈ ਜੇ ਤੁਸੀਂ ਚਾਹੁੰਦੇ ਆ ਤੁਹਾਡਾ ਜਿਸਮ ਮੰਦਰ ਹੋ ਜਾਏ ਇੱਕ ਸਿਸਟਰ ਨੇ ਗਾਣਾ ਗਾਇਆ ਯਾ YouTube ਤੇ ਹੈਗਾ ਇਹ ਜਿਸਮ ਜੇ ਹੋ ਜਾਵੇ ਤੰਬੂ ਮਿਲਾਪ ਦਾ ਜੇ ਇਹ ਮਿਲਾਪ ਦਾ ਤੰਬੂ ਹੋ ਜਾਏ ਤੇ ਇਹਦੇ ਵਿੱਚ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਏ ਇਹਦੇ ਵਿੱਚ ਪਰਮੇਸ਼ਵਰ ਦਾ ਵਾਸ ਹੋ ਜਾਏ ਫਿਰ ਤੁਸੀਂ ਸੋਚੋ ਤੁਹਾਨੂੰ ਆਪਣੇ ਹੀ ਆਪ ਨੂੰ ਕਿੰਨਾ ਆਨੰਦ ਹੋਊਗਾ ਕਿ ਤੁਸੀਂ ਹਾਲਾਤਾਂ ਨੂੰ ਕਹਿਣਾ ਬਦਲੋ ਹਾਲਾਤ ਬਦਲ ਜਾਣੇ ਤੁਸੀਂ ਕਹਿਣਾ ਇਦਾਂ ਹੋ ਜਵੇ ਉਦਾਂ ਹੀ ਹੋ ਜਾਣਾ ਜਿੱਦਾਂ ਤੁਸੀਂ ਕਹਿਣਾ ਹੈ ਕਿੰਨੇ ਲੋਕੀ ਚਾਹੁੰਦੇ ਆ ਕਿ ਇਦਾਂ ਹੋਣ ਲੱਗ ਜਵੇ ਤੁਹਾਡੇ ਦੁਆਰਾ ਇਸ ਸਾਲ ਚ ਹੋਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਉਹ ਪਵਿੱਤਰ ਪਰਜਾ ਹੋ ਜਿੰਨੂੰ ਕਿਸੇ ਮਨੁੱਖ ਨੇ ਨਹੀਂ ਪਰ ਪਰਮੇਸ਼ਵਰ ਨੇ ਚੁਣਿਆ ਹੈ ਤੁਸੀਂ ਪਰਮੇਸ਼ਵਰ ਜੀ ਦੇ ਬਹੁਤ ਹੀ ਪਿਆਰੇ ਧੀਆ ਤੇ ਪੁੱਤਰ ਹੋ ਤੁਸੀਂ ਪਰਮੇਸ਼ਵਰ ਦੇ ਚੁਣੇ ਸੱਦੇ ਬੁਲਾਏ ਤੇ ਠਹਿਰਾਏ ਹੋਏ ਲੋਕ ਹੋ ਤੁਸੀਂ ਪਰਮੇਸ਼ਵਰ ਜੀ ਦੀ ਪਵਿੱਤਰ ਪਰਜਾ ਹੋ ਤੁਸੀਂ ਆਸ਼ੀਸ਼ ਪਾਏ ਹੋਏ ਲੋਕ ਤੁਸੀਂ ਕੋਈ ਸਧਾਰਨ ਲੋਕ ਨਹੀਂ ਹੋ ਆਪਣੇ ਆਪ ਨੂੰ ਸਧਾਰਨ ਸਮਝਣਾ ਬੰਦ ਕਰੋ ਜਿੰਨੀ ਦੇਰ ਤੱਕ ਤੁਸੀਂ ਖੁਦ ਨੂੰ ਸੁਧਾਰਾ ਸਧਾਰਨ ਸਮਝੋਗੇ ਆਮ ਸਮਝੋਗੇ ਉਨੀ ਦੇਰ ਤੱਕ ਤਰੱਕੀ ਨਹੀਂ ਹੋਵੇਗੀ ਜੇ ਤਰੱਕੀ ਵੱਲ ਨੂੰ ਵਧਣਾ ਹੈ ਖੁਦ ਨੂੰ ਖਾਸ ਸਮਝਣਾ ਸ਼ੁਰੂ ਕਰੋ ਆਪਣੀ ਵੈਲਿਊ ਨੂੰ ਸਮਝੋ ਤੁਸੀਂ ਯੂਨੀਕ ਆ ਤੁਸੀਂ ਬਹੁਤ ਮਹੱਤਵਪੂਰਣ ਆ ਤੁਸੀਂ ਮਾਸਟਰਪੀਸ ਆ ਤੁਹਾਡੇ ਵਰਗਾ ਕੋਈ ਹੋਰ ਹੈ ਨਹੀਂ ਔਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਰਮੇਸ਼ਵਰ ਨੇ ਚੁਣਿਆ ਔਰ ਆਪਣੇ ਆਤਮਾ ਨੂੰ ਤੁਹਾਡੇ ਅੰਦਰ ਟਿਕਾਉਣ ਦੇ ਲਈ ਚੁਣਿਆ ਔਰ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਹੀ ਕਹਿਣ ਦੇ ਨਾਲ ਸਾਰਾ ਕੁਝ ਹੋਣ ਲੱਗ ਜੇ ਫਿਰ ਹੁਣ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਟੈਪ ਬਾਈ ਸਟੈਪ ਮੋੜਨਾ ਸ਼ੁਰੂ ਕਰ ਦਿਓ ਜਿਹੜੀਆਂ ਚੀਜ਼ਾਂ ਨਾਸ਼ ਵੱਲ ਨੂੰ ਲੈ ਕੇ ਜਾਂਦੀਆਂ ਜੇ ਫੇ ਵੀ ਸਮਝ ਨਾ ਆਵੇ ਕਈ ਵਰੀ ਇਨਸਾਨ ਨੂੰ ਸਮਝ ਨਹੀਂ ਆਉਂਦੀ ਫੇ ਆਪਾਂ ਨੂੰ ਸਮਝ ਆਉਂਦੀ ਜੇ ਆਪਾਂ ਪਰਮੇਸ਼ਵਰ ਜੀ ਤੋਂ ਪੁੱਛੀਏ ਫੇ ਆਪਾਂ ਪਰਮੇਸ਼ਵਰ ਜੀ ਤੋਂ ਪੁੱਛਣਾ ਹੈ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਪ੍ਰਾਰਥਨਾ ਕਰਨੀ ਪਵਿੱਤਰ ਆਤਮਾ ਜੀ ਮੈਨੂੰ ਦੱਸੋ ਮੇਰੇ ਜੀਵਨ ਦੀਆਂ ਕਮੀਆਂ ਦੇ ਬਾਰੇ ਵਿੱਚ ਮੈਨੂੰ ਦੱਸੋ ਔਰ ਮੈਨੂੰ ਹਿੰਮਤ ਬਲ ਤੇ ਦਲੇਰੀ ਦਿਓ ਮੇਰੀ ਮਦਦ ਕਰੋ ਕਿ ਮੈਂ ਉਹਨਾਂ ਕਮੀਆਂ ਚੋਂ ਬਾਹਰ ਨਿਕਲ ਸਕਾਂ ਪ੍ਰਭੂ ਤੁਸੀਂ ਆਪਣੇ ਬਲ ਤੇ ਜ਼ੋਰ ਨਾਲ ਮੇਰੀਆਂ ਕਮੀਆਂ ਨੂੰ ਮੇਰੇ ਵਿੱਚੋਂ ਬਾਹਰ ਕੱਢ ਦਿਓ ਮੇਰੀਆਂ ਬੁਰਾਈਆਂ ਨੂੰ ਮੇਰੇ ਤੋਂ ਵੱਖਰਾ ਕਰ ਦਿਓ ਇਹਦੀ ਬਜਾਏ ਕਿ ਅਸੀਂ ਪਰਮੇਸ਼ਵਰ ਤੋਂ ਵੱਖਰੇ ਹੋਈਏ ਚੰਗੀ ਗੱਲ ਨਹੀਂ ਆ ਪਰ ਜੇ ਸਾਡੀਆਂ ਬੁਰਾਈਆਂ ਸਾਡੇ ਤੋਂ ਵੱਖਰੀਆਂ ਹੋ ਜਾਣ ਅਤੇ ਸਾਡਾ ਮਿਲਾਪ ਪਰਮੇਸ਼ਵਰ ਦੇ ਨਾਲ ਹੋ ਜਾਏ ਇਹ ਬਹੁਤ ਚੰਗੀ ਗੱਲ ਹੈ ਔਰ ਫਿਰ ਤੁਸੀਂ ਦੇਖਿਓ ਤੁਸੀਂ ਦਿਨੋਂ ਦਿਨ ਵਧਦੇ ਜਾਣਾ ਕਿਉਂਕਿ ਇਹ ਸਾਲ ਤੁਹਾਡੀ ਤੇ ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੀ ਤਰੱਕੀ ਦਾ ਸਾਲ ਆ ਇਹ ਸਾਡੀ ਪ੍ਰੋਸਪਰਿਟੀ ਦਾ ਸਾਲ ਆ ਇਹ ਸਾਡੇ ਫੈਲਣ ਦਾ ਸਾਲ ਆ ਇਹ ਸਾਡੇ ਵਧਣ ਦਾ ਸਾਲ ਆ ਬੇਸ਼ੱਕ ਤੁਸੀਂ ਆਵਾਜ਼ਾਂ ਸੁਣੋਗੇ ਭਿਆਨਕ ਸਗੋਂ ਮਹਾ ਭਿਆਨਕ ਆਵਾਜ਼ਾਂ ਸੁਣੋਗੇ ਮਹਾ ਭਿਆਨਕ ਸਿਚੁਏਸ਼ਨਸ ਨੂੰ ਦੇਖੋਗੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਉਣ ਵਾਲੇ ਡੇਢ ਮਹੀਨੇ ਦੇ ਵਿੱਚ ਤੁਸੀਂ ਦੇਖੋ ਕਿਆਮਤ ਦਾ ਰੂਪ ਜਿਹੜਾ ਆ ਉਹ ਕਿਦਾਂ ਨਜ਼ਰ ਆਏਗਾ ਪਰ ਫਿਰ ਵੀ ਤੁਹਾਨੂੰ ਉਹ ਛੂ ਨਾ ਸਕੇਗੀ ਕਿਉਂਕਿ ਤੁਸੀਂ ਚੁਣੇ ਹੋਇਓ ਤੁਹਾਡੇ ਉੱਤੇ ਪਰਮੇਸ਼ਵਰ ਨੇ ਪ੍ਰੋਟੈਕਸ਼ਨ ਸ਼ੀਲਡ ਲਾਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੀ ਅਰ ਅਸੀਂ ਖਰਾਬ ਸਮੇਂ ਦੇ ਵਿੱਚ ਵੀ ਆਬਾਦ ਹੋਵਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਕੋਈ ਬੁਰੀ ਚੀਜ਼ ਤੁਹਾਡੇ ਡੇਰੇ ਦੇ ਨੇੜੇ ਵੀ ਨਹੀਂ ਆਊਗੀ ਇਹ ਪਰਮੇਸ਼ਵਰ ਦਾ ਵਾਅਦਾ ਆ ਤੁਹਾਡੇ ਨਾਲ ਅਰ ਉਹਨਾਂ ਦੇ ਲਈ ਜਿਹੜੇ ਮੁੜਨਗੇ ਅਰ ਪਰਮੇਸ਼ਵਰ ਦੇ ਨਾਲ ਬਣੇ ਰਹਿਣਗੇ ਹallelujah